मुल्क भरे तरह कराची अच बि आयाम आज़ाद आहे छेकड़ी जलूस सिज़विया सोसाइटी तो बरामद थी अपने मुक़र रस्तया तो थींदा हुया इमाम बारगाह शाह नजफ़ मार्टन रोड उते ख़ताम पज़ीर थिया इह हवाले थो ॾे से कराची सेंटर तू बिलाल जाफ़री रिपोर्ट ਮੁਲਕ ਭਾਰਤੀ ਤਰਾ ਕਰਾਚੀ ਐਚਵੀ ਆਯਾਮੇ ਇਜ਼ਾਦੇ ਛੇਕੜੀ ਦੀਂਦਾ ਪਹਿਲਾ ਜਲੂਸ ਬਾਸਰਸਿਲ੍ਲਾ ਸ਼ਹਾਦਤ ਹਜ਼ਰਤ ਇਮਾਮ ਹਸਨ ਅਸਕਰੀ ਅਲੈਹਿਸਸਲਮ ਬਾਦ ਨਮਾਜ਼ ਫਿਜਰ ਨਿਸ਼ਤਰ ਪਾਰ ਤੋਂ ਬਰਾਮਤ ਤੇ ਹੁਸੈਨਿਆ ਇਰਾਨੀਆ ਖਾਰਾਦਰ ਤੋਂ ਥਿੰਦਾ ਹੋਇਆ ਨੂਰ ਬਾਗ ਮੁਸਾਫਿਰਖਾਨਾ ਮੁਸਲੈਨ ਤੇ ਖਤਮ ਪਜ਼ੀਰ ਥਿਆ ਜਦਾਂ ਜੋ ਦੂਜਾ ਸਲਾਨਾ ਕਦਮੀ ਤੇ ਮਰਕਜ਼ੀ ਜਲੂਸ ਚੁੱਪ ਤਾਜ਼ੀਆ ਕਸਰੇ ਮਸਾਹਿਬ ਰਜ਼ੀਆ ਸੋਸਾਇਟੀ ਤੋਂ ਬ੍ਰਾਹਮਣ ਥਿਆ ਜਲੂਸ ਇਮਾਮੇ ਆਲੀ ਮਕਾਮ ਅਲੈਹਿਸਲਾਮ ਦੇ ਅਜ਼ਾਦਾਰਾਂ ਸ਼ਹਿਨਸ਼ਾਹੇ ਵਫਾ حضرت ਗਾਜ਼ੀ ਅਬਾਸ ਸਲਮਦਾਰ ਅਲੈਹਿਸਲਾਮ ਦਾ ਅਲਮ ਸ਼ਹਿਜ਼ਾਦਾ ਅਲੀ ਅਸਗਰ ਅਲੈਹਿਸਲਾਮ ਤੇ ਜੂਲੇ ਦੀ ਸ਼ਬੀ ਤੇ حضرت ਇਮਾਮ हसन ਅਸਕਰੀ ਅਲੈਹਿਸਲਾਮ ਦੇ ਤਾਬੂਦ ਦੀ ਸ਼ਬੀ ਚਾਤੇ ਹੋਣ ਜਲੂਸ ਦੇ ਸ਼ਰੀਕ ਅਜ਼ਾਦਾਰ عقیدਤ ਨਾਲ ਸਜਾਏ ਗਏ ਸ਼ਹੀਦਾਂ ਕਰਬਲਾ ਦੀ ਯਾਦ ਜੁਲਜਨਾ ਦੇ ਡਾਚੀਆਂ ਦੀਆਂ ਮਾਰੀਆਂ ਦੀ ਜ਼ਿਆਰਤ ਕਰਦੇ ਰਹੀਏ ਜਲੂਸ ਵਿੱਚ مختلف ਮਾਤਮੀ ਅੰਜਮਨਾਂ ਤੇ ਸਲਾਰ ਨੂਆ ਖਾਨੀ ਕਰੇਂਦੇ ਰਹੀਏ ਜਿਨ੍ਹਾਂ ਜੋ ਮਾਤਮੀਆਂ ਸੀਨਾ ਕੋ ਵੀ ਕੀਤੀ ਜਲੂਸ ਦੀ ਰਾਇਤ ਸਬੀਲਾਂ ਵੀ ਲਾਤੀਆਂ ਗਿਆ ਹਨ ਜਿਨ੍ਹਾਂ ਜੋ ਜਲੂਸ ਵਿੱਚ ਟਰੱਕਾਂ ਉੱਤੇ ਵੀ ਸਬੀਲਾਂ ਕਾਇਮ ਕੀਤੀਆਂ ਗਿਆ ਹਨ ਜਲੂਸ ਲਸਬੇਲਾ ਤਿੰਨ ਹੱਟੀ ਜੇਲ ਚੁਰੰਗੀ ਤੋਂ ਥਿੰਦਾ ਹੋਇਆ ਇਮਾਮ ਬਰਗਾ ਸ਼ਾਹ ਨਜਫ ਮਾਰਟਨ ਰੋਡ ਉਤੇ ਇਖਤਾਮ ਪਜ਼ੀਰ ਥਿਆ ਜਲੂਸ ਚੁਪਤਾਜ਼ੀਆ ਦੇ ਮੌਕੇ ਉਤੇ ਪੁਲਿਸ ਤੇ ਰੇਂਜਰ ਦੀ ਤਰਫੋਂ ਸਿਕਿਉਰਿਟੀ ਦੇ ਫੂਲ ਪ੍ਰੂਫ ਇੰਤਜ਼ਾਮਾਤ ਕੀਤੇ ਗਏ ਹਨ ਤੇ ਜਲੂਸ ਦੇ ਇਤਰਾਫ ਪੁਲਿਸ ਤੇ ਰੇਂਜਰ ਸੇ ਚਾਕੂ 54 ਦਸਤੇ ਕਹੇ ਵੀ ਮਮਕਨਾ ਖਤਰੇ ਤੋਂ ਨਿਭਣ ਸੰਗੇ ਤਿਆਰ ਹਨ